परिवार का इन्ना क बुरा हाल उन्होंने चलते समय के बहुत इतने बहुत धक्का होया बी इस परिवार के रिश्तेदार चक लिया सी उन्होंने सहुरा दाल सी राजिया ने उन्हें चक लियाए सी एक मुंडा सी साडा कलवंत दे चाचा जी का कहिंदे असी जलंधरों हाँ विच कह दें भी असी जगरावा तो हाँ बहुत चेर उन्होंने लिख लिखी आ रिश्तेदार लिखा दो आ लिखा दो फिर कलवंत दे नानकी में जाके आए आ ਕਿ ਅੱਗੇ ਇਹਦੇ ਪਾਪਾ ਜੀ ਨਾਲ ਐਂ ਕੀਤੀ ਤੁਸੀਂ ਘਰੋਂ ਲਿਜਾ ਕੇ ਸਾਡੇ ਹੱਥਾਂ 'ਚੋਂ ਲਿਜਾ ਕੇ ਤੁਸੀਂ ਅੱਜ ਤੱਕ ਸਾਨੂੰ 30 ਸਾਲ ਹੋ ਗਏ ਅੱਜ ਤੱਕ ਸਾਨੂੰ ਉਹਦਾ ਕੋਈ ਭੇਤ ਨਹੀਂ ਦਿੱਤਾ ਉਹਨਾਂ ਨੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਅਤੇ ਮੈਂ ਹਾਂ ਚਮਕੌਰ ਸਿੰਘ ਲੋਪੋ ਦਰਸ਼ਕੋ ਤੁਹਾਨੂੰ ਪਤਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਲੈ ਕੇ ਭਾਈ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਨੇ ਵਹੀਰ ਲੈ ਕੇ ਜਾ ਰਹੇ ਸੀ ਅਤੇ ਜਲੰਧਰ ਤੋਂ ਨੇੜੇ ਸਾਹਕੋਟ ਕੋਲ ਰੋਕਿਆ ਜਾਂਦਾ ਅਤੇ ਇਹ ਕਿਹਾ ਜਾਂਦਾ ਕਿ ਭਾਈ ਅੰਮ੍ਰਿਤਪਾਲ ਆ ਜਿਹੜੇ ਉਹ ਫਰਾਰ ਹੋ ਗਏ ਨੇ ਅਤੇ ਨਾਲ ਦੇ ਕਈ ਸਿੰਘਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਪੁਲਿਸ ਦੇਖਿਆ ਜਾਵੇ ਪਿੰਡਾਂ ਦੇ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਕੋਲ ਵੈਸੇ ਵੀ ਜਾਂਦੇ ਸੀ ਅਤੇ ਉਹਨਾਂ ਨੂੰ ਵੀ ਪੁਲਿਸ ਆ ਜਿਹੜੀ ਪੁੱਛਗਿੱਛ ਕਰ ਰਹੀ ਆ ਫੜ ਰਹੀ ਹੈ ਸੋ ਅੱਜ ਮੋਗਾ ਜ਼ਿਲ੍ਹਾ ਦਾ ਪਿੰਡ ਆ ਰਾਉਕੇ ਕਲਾਂ ਜਿੱਥੇ ਪੁਲਿਸ ਨੇ ਆਣ ਕੇ ਜਿਹੜੇ ਇੱਥੋਂ ਦੇ ਸਾਬਕਾ ਸਰਪੰਚ ਹੈ ਚੜ੍ਹਤ ਸਿੰਘ ਕਿਉਂਕਿ ਪਹਿਲਾਂ ਵੀ ਇਹ ਪਰਿਵਾਰ ਦੇ ਉੱਤੇ ਕਈ ਤਰ੍ਹਾਂ ਦੀਆਂ ਹਵਾਵਾਂ ਵਗਦੀਆਂ ਸੋ ਇੱਥੇ ਬਿਜਲੀ ਕਰਮਚਾਰੀ ਆ ਕੁਲਵੰਤ ਸਿੰਘ ਰਾਉਕੇ ਉਹਨਾਂ ਦੇ ਘਰ ਪੁਲਿਸ ਆਉਂਦੀ ਹੈ ਅਤੇ ਅੱਜ ਕੁਲਵੰਤ ਸਿੰਘ ਨੂੰ ਲੈ ਕੇ ਜਾਂਦੀ ਹੈ ਜਿੱਥੇ ਪਿੰਡ ਦਾ ਵੱਡਾ ਇਕੱਠ ਹੈ ਪੰਚਾਇਤ ਆ ਪਿੰਡ ਵਾਸੀ ਸੀ ਉਹ ਵੀ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਕਿ ਸਰਪੰਚ ਆ ਜਿਹੜਾ ਪਿੰਡ ਦਾ ਉਹਦਾ ਕੀ ਕਹਿਣਾ ਸੀ ਕੁਲਵੰਤ ਸਿੰਘ ਪੁੱਤਰ ਚੜ੍ਹ ਸਿੰਘ ਜੀ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਸਾਰੀ ਪੰਜਾਬ ਦੀ ਜਿਹੜੀ ਸੰਗਤ ਆ ਮੈਂ ਉਹਨਾਂ ਨੂੰ ਪਹਿਲਾਂ ਵੀ ਦੱਸ ਦੇਣਾ ਚਾਹੁੰਦਾ ਹਾਂ ਜੀ 1993 ਦੇ ਵਿੱਚ ਕੁਲਵੰਤ ਦੇ ਡੈਡੀ ਨੂੰ ਪਿੰਡ ਦੇ ਵਿੱਚ ਉਦੋਂ ਮੌਜੂਦਾ ਸਰਪੰਚ ਸੀਗੇ ਉਹਨਾਂ ਨੂੰ ਇੱਥੇ ਚੱਕ ਕੇ ਲਾਪਤਾ ਕਰਤਾ ਸੀਗਾ ਆਹ ਜਿਹੜਾ ਸਾਡਾ ਪਿੰਡ ਅੱਜ ਇਕੱਠਾ ਹੋਇਆ ਏ ਇਹ ਕੁਲਵੰਤ ਦੀ ਉਹਨਾਂ ਦੇ ਫਾਦਰ ਸਾਹਿਬ ਦੀ ਜਿਹੜੇ ਪਿੰਡ ਦੇ ਨੇਕ ਕੰਮ ਕੀਤੇ ਹੋਇਆ ਉਹਨਾਂ ਦਾ ਕਰਕੇ ਆ ਕਿਉਂਕਿ ਕੁਝ ਕੁ ਬੰਦਿਆਂ ਨੂੰ ਅਸੀਂ ਫੋਨ 'ਤੇ ਬੁਲਾਇਆ ਏ ਜੇ ਉੱਦਾਂ ਕਾਲ ਕਰਕੇ ਅਸੀਂ ਬੁਲਾਉਂਦੇ ਤਾਂ ਮੈਨੂੰ ਪਤਾ ਜੀ ਪੂਰੇ ਦਾ ਪੂਰਾ ਪਿੰਡ ਆ ਜਾਣਾ ਸੀ ਕੁਲਵੰਤ ਦੀ ਹਮਾਇਤ ਦੇ ਵਿੱਚ ਕਿਉਂਕਿ ਇਸ ਪਰਿਵਾਰ ਦੇ ਇਹਨਾਂ ਦੇ ਫਾਦਰ ਸਾਹਿਬ ਦੇ ਬੜੀ ਦੇਣ ਆ ਪਿੰਡ ਨੂੰ ਬਹੁਤ ਕੁਛ ਉਹ ਕਰਕੇ ਗਏ ਆ ਪਰ ਅਚਾਨਕ 93 ਦੇ ਵਿੱਚ ਉਹਨਾਂ ਨੂੰ ਚੱਕ ਕੇ ਲਾਪਤਾ ਕਰਤਾ ਸੀਗਾ ਪਰਿਵਾਰ ਵੀ ਇਸ ਗੱਲ ਤੋਂ ਤਾਂ ਹੀ ਡਰ ਰਿਹਾ ਏ ਅਸੀਂ ਆਪਦੀ ਮੌਜੂਦਗੀ ਵਿੱਚ ਮੇਰੀ ਪੂਰੀ ਪੰਚਾਇਤ ਮੇਰੇ ਨਾਲ ਆ ਕੁਝ ਪ੍ਰਬੰਧਕ ਕਮੇਟੀ ਗੁਰਦੁਆਰਾ ਜੰਡ ਸਾਹਿਬ ਕੇਸਰ ਸਾਹਿਬ ਸਾਰੇ ਪ੍ਰਧਾਨ ਉਹ ਕਮੇਟੀਆਂ ਸਾਰੀਆਂ ਨਾਲ ਆ ਅਸੀਂ ਕੁਲਵੰਤ ਨੂੰ ਬਾਇੱਜ਼ਤ SPD ਆਪਣੇ ਅਜੇਰਾਜ ਸਿੰਘ ਜੀ DSP ਮਨਜੀਤ ਸਿੰਘ ਜੀ ਢੇਸੀ ਬੱਧਨੀ ਕਲਾਂ ਉਹਨਾਂ ਨੂੰ ਅਸੀਂ ਸੌਂਪਣ ਜਾ ਰਹੇ ਹਾਂ ਜੀ ਪ੍ਰਸ਼ਾਸਨ ਨੂੰ ਅਸੀਂ ਇਹੀ ਮੰਗ ਕਰਦੇ ਹਾਂ ਵੀ ਜੋ ਇਹਨਾਂ 'ਤੇ ਕੋਈ ਕਾਰਵਾਈ ਬਣਦੀ ਆ ਕੋਈ ਇਹਨਾਂ ਦਾ ਗੁਨਾਹ ਸਾਡੇ ਪਿੰਡ ਦੇ ਨਿਗਾਹ ਸਾਡੇ ਪਿੰਡ ਦੇ ਕਿੰਨੇ ਲੋਕ ਖੜ੍ਹੇ ਆ ਇਹਨਾਂ ਦਾ ਕੋਈ ਇੱਕ ਵੀ ਗੁਨਾਹ ਹੋਵੇ ਜਾਂ ਇਹਨਾਂ ਦੇ ਪਰਿਵਾਰ ਦਾ ਕੋਈ ਗੁਨਾਹ ਹੋਵੇ ਕੋਈ ਵੀ ਸਾਡੇ ਧਿਆਨ 'ਚ ਲਿਆ ਦਿਓ ਕਿਸੇ ਤੋਂ ਮਰਜ਼ੀ ਪੁੱਛ ਲਓ ਅਸੀਂ ਕਹਿੰਦੇ ਕੁਲਵੰਤ 'ਤੇ ਜਿਹੜੀ ਬਣਦੀ ਕੋਈ ਕਾਰਵਾਈ ਕਰੋ ਪਰ ਇਸ ਵਕਤ ਸਾਡੀ ਨਿਗਾਹ ਦੇ ਵਿੱਚ ਕੁਲਵੰਤ ਬੇਕਸੂਰ ਆ ਕਿਉਂਕਿ ਆਪਾਂ ਨੂੰ ਹੁਣ ਸਾਰਾ ਪੰਜਾਬ ਵੀ ਕਹੀ ਜਾ ਰਿਹਾ ਵੀ ਚਲੋ ਅੰਮ੍ਰਿਤ ਹੀ ਛਕਾ ਰਹੇ ਸੀਗੇ ਜਾਂ ਕੋਈ ਕੁਝ ਕੁ ਤਰੁੱਟੀਆਂ ਵੀ ਰਹਿ ਜਾਂਦੀਆਂ ਜੀ ਬੰਦਿਆਂ ਤੋਂ ਸਾਰਾ ਕੁਛ ਆਪਣ ਤੋਂ ਸਹੀ ਵੀ ਨਹੀਂ ਹੁੰਦਾ ਪਰ ਪ੍ਰਸ਼ਾਸਨ ਨੂੰ ਮੇਰੀ ਇਹੀ ਮੰਗ ਆ ਪਰਿਵਾਰ ਅਤੇ ਅੱਗੇ ਵੀ ਬਹੁਤ ਕਸ਼ਟ ਜੀ 2-3 ਸਾਲ ਜਦੋਂ ਇਹਨਾਂ ਦੇ ਕੁਲਵੰਤ ਸਿੰਘ ਦੇ ਫਾਦਰ ਸਾਹਿਬ ਨੂੰ ਚੱਕ ਕੇ ਲਾਪਤਾ ਕਰ ਦਿੱਤਾ ਜਾਂਦਾ ਜੀ ਉਸ ਤੋਂ ਬਾਅਦ ਪਰਿਵਾਰ ਦਾ ਇੰਨਾ ਕੁ ਬੁਰਾ ਹਾਲ ਉਹਨਾਂ ਦੇ ਚੱਲਦੇ ਸਮੇਂ ਦੇ ਵਿੱਚ ਵੀ ਬਹੁਤ ਇੱਥੇ ਬਹੁਤ ਧੱਕਾ ਹੋਇਆ ਬਾ ਜੀ ਇਸ ਪਰਿਵਾਰ ਦੇ ਨਾਲ ਇਹ ਪਰਿਵਾਰ ਉਦੋਂ ਬਾਅਦ 4-5 ਭਰਾ ਸੀਗੇ ਚੜ੍ਹ ਸਿੰਘ ਹੋਣੀ ਜੀ ਪੁਲਿਸ ਨੇ ਪ੍ਰਸ਼ਾਸਨ ਨੇ ਤਸਾਦਤ ਦੇ ਕੇ ਉਹਨਾਂ ਨੂੰ ਬੰਦਿਆਂ ਨੂੰ ਇੰਨੀ ਕੁੱਟਮਾਰ ਕਰਕੇ ਉਹ ਬੰਦੇ ਅੱਜ ਦੁਨੀਆਂ 'ਤੇ ਨਹੀਂ ਰਹਿ ਗਏ ਹਾਲਾਂਕਿ ਉਹਨਾਂ ਦਾ ਕਸੂਰ ਕੋਈ ਨਹੀਂ ਸੀਗਾ ਜੀ ਪਰ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਹਾਂ ਵੀ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕੁਲਵੰਤ ਸਿੰਘ ਇੱਕ ਮਤਲਬ ਦੌਰੇ ਦਾ ਮਰੀਜ਼ ਵੀ ਆ ਉਹਨਾਂ ਚੀਜ਼ਾਂ ਦਾ ਵੀ ਧਿਆਨ ਨੂੰ ਰੱਖਦੇ ਹੋਏ ਕੁਲਵੰਤ ਸਿੰਘ ਨੂੰ ਪੂਰਾ ਸੇਫ ਅਤੇ ਬਾਇੱਜ਼ਤ ਕਿਉਂਕਿ ਗੁਰੂ ਦਾ ਸਿੱਖ ਆ ਜੀ ਬਾਇੱਜ਼ਤ ਰੱਖਿਆ ਜਾਵੇ ਜੀ ਕਿਉਂਕਿ ਸਾਡੀ ਤਾਂ ਨਿਗਾਹ ਦੇ ਵਿੱਚ ਹੈ ਨਹੀਂ ਸੀ 2-3 ਦਿਨ ਤੋਂ ਲਾਪਤਾ ਸੀਗਾ ਮਾਤਾ ਜੀ ਕੁਲਵੰਤ ਸਿੰਘ ਜੀ ਮਾਤਾ ਜੀ ਨੇ ਉਹਨਾਂ ਦੀ ਕੌਲ ਆਈ ਵੀ ਸਰਪੰਚ ਸਾਹਿਬ ਤੁਸੀਂ ਸਾਡੇ ਘਰ ਆਓ ਕੁਲਵੰਤ ਆ ਗਿਆ ਘਰ ਅਸੀਂ ਤਾਂ ਕੁਲਵੰਤ ਸਿੰਘ ਦੀ ਇਹ ਬਹਾਦਰੀ ਵੀ ਸਮਝਦੇ ਹਾਂ ਵੀ ਜਿਹੜਾ ਖੁਦ ਉਹ ਆ ਕੇ ਪ੍ਰਸ਼ਾਸਨ ਨੂੰ ਕਹਿੰਦਾ ਵੀ ਮੈਨੂੰ ਅਰੈਸਟ ਕਰੋ ਬਹੁਤ ਵਧੀਆ ਗੱਲ ਆ ਜੀ ਬਹੁਤ ਵਧੀਆ ਗੱਲ ਇਸੇ ਤਰ੍ਹਾਂ ਹੀ ਅਸੀਂ ਕਹਿੰਦੇ ਹਾਂ ਜੇ ਉਹ ਸਰੈਂਡਰ ਕਰ ਰਿਹਾ ਹੈ ਤਾਂ ਪ੍ਰਸ਼ਾਸਨ ਨੂੰ ਵੀ ਕੁਛ ਨਾ ਕੁਛ ਉਹਦੇ ਪਰਿਵਾਰ ਬਾਰੇ ਉਹਦੇ ਇੱਕ ਬੇਟੀ ਆ ਜੀ 10-11 ਸਾਲ ਦੀ ਅਤੇ ਉਹਦਾ ਪਰਿਵਾਰ ਆ ਭੈਣ ਆ ਇੱਕ ਕੁਵਾਰੀ ਆ ਦੋ ਭੈਣਾਂ ਵਿਆਹੀਆਂ ਹੋਈਆਂ ਨੇ ਪਰਿਵਾਰ ਦੇ ਵਿੱਚ ਇਸ ਤੋਂ ਬਾਅਦ ਮਹਾਰਾਜ ਮਿਹਰ ਕਰੇ ਕੋਈ ਬੱਚਾ ਬੇਟਾ ਨਹੀਂ ਹੈਗਾ ਗਾ
तो असं ता ही प्रशासन को यह मंग करते हैं भी पूरा मतलब सलीके दे नाल जी पूरी नरम नीरे नाल इह मामले नूं घोख कर लैण ते बाकी जिहड़ी कुलवंत ते कोई भाई कुलवंत सिंह दा की कहना है। वाहिगुरू जी का खालसा वाहिगुरू जी की फतेह। मामला यह सीगा भी 18 तरीक तो लैके मेरे फादर साहब की 25 तरीक न शहीदी दिहाड़ा हुंदा है उहदियां मैं तैयारियां दे विच जुटिया होया सी ते गुरद्वारा साहब पुलिस ने रेड करी सी ते मैनू पता नहीं सी भी मेरे ते कोई परचा दर्ज भी करिया जां मतलब रेडी करी आ ते चलो हरेक बंदे नू बचा दा हुंदा आपो अपना ते मैं उत्थों चलिया गया सी ते उदों बाद मैं मतलब आपदा जिहड़ा पासे ही टाइम कढ़िया ते मैनू बाद च पता लग गया भी इदां करके मेरे चाचा जी दा बेटा मेरे सहुरा साहब जां होर परिवारक मैंबरां नू पुलिस ने आपदी कस्टडी च करिया होया ते उहनां दी नजायज़ तंगी परेशानी नू मैं देखदे होए ते मैं कहा भी चलो जाणा चाहीदा किहड़ा कोई इहदे च झूठ वाली गल आ। इह सीगे सो उन्हां दे माता उन्हां दी धर्म पत्नी जो उन्होंने कहा वह भी तुहानूं सुनाउने आ। कारण तो जी कोई नहीं, बस 5-7 दिन हो गए तंग करते पुलिस वाले, बाला परेशान करते, रात नूं भी आ जांदे सीगे, कोई गुनाह तो है ही नहीं उहदा, सिर्फ जाके उत्थे मिल के मुड़े आउंदा सी, कोई इहो जी तो गल ही नहीं सी। वर्षी सी, वर्षी सी इन्हां दे पापा जी दी वर्षी सी 25 मार्च दी, ਉਹ ਇਹਨਾਂ ਨੇ ਫਿਰ ਰੋਕਣ ਦਾ ਕਰਕੇ ਵੀ ਪਹਿਲਾਂ ਹੀ ਰੋਕ ਲਾਤੀ, ਨਾ ਕੁਲਵੰਤ ਨੂੰ ਟਿਕਣ ਦਿੱਤਾ ਆ ਘਰੇ, ਖੰਡ ਪਾਠ ਪ੍ਰਕਾਸ਼ ਕਰਾਉਣਾ ਸੀ ਕੋਈ ਨਹੀਂ ਉਹਨਾਂ ਨੇ ਵੀ ਇਜਾਜ਼ਤ ਨਹੀਂ ਦਿੱਤੀ, ਕੋਈ ਕੰਮ ਨਹੀਂ ਸਿਰੇ ਲੱਗਣ ਦਿੱਤਾ ਇਹਨਾਂ ਨੇ, ਉਹ 3 ਦਿਨਾਂ ਦਾ ਘਰੋਂ ਚੱਲ ਇੱਥੋਂ ਗੁਰਦੁਆਰਾ ਸਾਹਿਬ ਗਿਆ ਸੀਗਾ, ਮਗਰੇ ਉੱਥੇ ਪੁਲਿਸ ਆ ਗਈ, ਉਹਨੇ ਆਪਦੇ ਬਚਾਅ ਵਾਸਤੇ ਕਿਤੇ ਉਰੇ ਪਰੇ ਹੋ ਗਿਆ ਹੋਊਗਾ ਇੰਨਾ ਸਾਨੂੰ ਪਤਾ ਨਹੀਂ, ਅੱਜ ਸਾਨੂੰ 3 ਦਿਨ ਪਤਾ ਲੱਗਾ, ਮਾੜਾ ਜਿਹਾ ਮੈਸੇਜ ਆਇਆ ਅਤੇ ਅਸੀਂ ਉਦੋਂ ਹੀ ਪੁਲਿਸ ਨੂੰ ਮੈਸੇਜ ਕਰਤਾ, ਸਾਨੂੰ ਤੰਗ ਪਰੇਸ਼ਾਨ ਕਰਦੇ ਸੀ, ਅੱਜ ਕਹਿੰਦੇ ਸੀ ਵੀ ਬੀਬੀਆਂ ਨੂੰ ਲਿਜਾਵਾਂਗੇ, ਇਸ ਕਰਕੇ ਪਹਿਲਾਂ ਇਹਨਾਂ ਦੇ ਚਾਚਾ ਜੀ ਦਾ ਬੇਟਾ ਸੀ ਉਹਨੂੰ ਅੱਜ 4 ਦਿਨ ਹੋ ਗਏ ਉੱਥੇ ਉਠਾਈ ਬੈਠੇ ਆ, ਸਾਨੂੰ ਮਿਲਣ ਵੀ ਨਹੀਂ ਸੀ ਦਿੰਦੇ, ਉਹਨੂੰ ਰੋਟੀ 2-3 ਵਾਰੀ ਭੇਜੀ ਆ ਉਹ ਵੀ ਨਹੀਂ ਸੀ ਗਾਂਹ ਜਾਣ ਦਿੰਦੇ, ਅਤੇ ਬਸ ਕਹਿ ਦਿੰਦੇ ਸੀ ਇੱਥੇ ਹੈ ਹੀ ਨਹੀਂ, ਸਾਨੂੰ ਬਹੁਤ ਪਰੇਸ਼ਾਨ ਕੀਤਾ। ਕੀ ਕਹਿੰਦੇ ਪੁਲਿਸ ਵਾਲੇ ਫੋਨ ਲਾ ਕੇ? ਪੁਲਿਸ ਵਾਲੇ ਕਹਿੰਦੇ ਸੀਗੇ ਵੀ ਸਾਡੇ ਕੋਲ ਹੈ ਨਹੀਂ ਗਾ, ਨਹੀਂ ਆਉਂਦੇ ਸੀ ਫੋਨ ਨਹੀਂ ਸੀ ਲਾਉਂਦੇ, ਆਉਂਦੇ ਸੀ ਜਾਣੀ ਇੱਕ ਵਾਰੀ SHO ਨੇ ਮਿਲਾਇਆ ਸਾਨੂੰ ਵੀ ਮੁੰਡੇ ਨੂੰ ਇੱਥੇ ਵੀਡੀਓ ਕਾਲ 'ਤੇ ਸਾਡੇ ਨਾਲ ਉਹਦੀ ਗੱਲ ਕਰਾਈ ਆ ਮੁੰਡੇ ਦੀ, ਉਦੋਂ ਬਾਅਦ ਨਹੀਂ, ਅਤੇ ਉਹਦੀ ਮੰਮੀ ਵੀ ਅੱਜ ਸਾਰਾ ਦਿਨ ਵਿਚਾਰੀ ਖੱਜਲ ਖੁਮਾਰ ਹੋ ਕੇ ਰੋਟੀ ਲੈ ਕੇ ਗਏ ਹੋਏ ਸੀਗੇ, ਅਤੇ ਆ ਹੁਣ ਜਦੋਂ ਛੱਡਿਆ ਅਤੇ ਫਿਰ ਉਹਨਾਂ ਨੇ ਰੋਟੀ ਵੀ ਪਤਾ ਨਹੀਂ ਖਾਧੀ ਆ ਘਰੇ, ਨਹੀਂ ਉਹਨੂੰ ਲੈ ਕੇ ਨਾਲ ਐਂ ਤੁਰੇ ਫਿਰਦੇ ਰਹੇ ਰਿਸ਼ਤੇਦਾਰੀਆਂ 'ਚ। ਰਿਸ਼ਤੇਦਾਰਾਂ ਨੂੰ ਚੱਕ ਲਿਆ ਸੀ, ਉਹਨਾਂ ਦੇ ਸਹੁਰਾ ਸਾਹਿਬ ਸੀ ਰਾਜਿਆਂ ਨੇ ਉਹਨਾਂ ਨੂੰ ਚੱਕ ਲਿਆ ਸੀ, ਇੱਕ ਇਹ ਮੁੰਡਾ ਸੀ ਸਾਡਾ ਇਹਦੇ ਕੁਲਵੰਤ ਦੇ ਚਾਚਾ ਜੀ ਦਾ, ਤੇ ਘਰੇ ਵੀ ਕਿਸੇ ਬੰਦੇ ਨੂੰ ਨਹੀਂ ਰਹਿਣ ਦਿੰਦੇ, ਦੂਜੇ ਮੁੰਡੇ ਸੀ ਉਹਨਾਂ ਨੂੰ ਵੀ ਬਸ ਪੁਲਿਸ ਤੋਂ ਬਸ ਪਰੇਸ਼ਾਨ ਹੁੰਦੇ, ਉਹ ਘਰੋਂ ਚਲੇ ਗਏ, ਅੱਜ 3 ਦਿਨ ਹੋ ਗਏ ਸਾਨੂੰ, ਨਾ ਖਾਂਦੇ ਸੀ ਨਾ ਪਕਾਉਂਦੇ ਸੀ, ਬਸ ਐਂ ਪਰੇਸ਼ਾਨ ਸੀਗਾ, ਕਿਤੇ ਰਾਤ ਨੂੰ ਆ ਗਏ, ਰਾਤ 9:30 ਵਜੇ ਆ ਗਈ ਪੁਲਿਸ, ਕਹਿੰਦੇ ਅਸੀਂ ਜਲੰਧਰੋਂ ਹਾਂ, ਵਿੱਚ ਹੀ ਕਹਿ ਦੇਣ ਵੀ ਅਸੀਂ ਜਗਰਾਵਾਂ ਤੋਂ ਹਾਂ, ਬਹੁਤ ਚਿਰ ਉਹਨਾਂ ਨੇ ਲਿਖ ਲਿਖਾਈ ਆ ਰਿਸ਼ਤੇਦਾਰ ਲਿਖਾ ਦਿਓ, ਆਹ ਲਿਖਾ ਦਿਓ, ਫਿਰ ਕੁਲਵੰਤ ਦੇ ਨਾਨਕੀ ਵੀ ਜਾ ਕੇ ਆਏ ਆ, ਭੂਆ ਜੀ ਕੋਲੇ ਜਾ ਕੇ ਆਏ ਉੱਥੇ, ਫਿਰ ਉਹਨਾਂ ਦੇ ਸਹੁਰੀ 3-4 ਗੇੜੇ ਲਾ ਕੇ 4-4-5-5 ਗੱਡੀਆਂ ਲੈ ਕੇ ਜਾ ਵੜਦੇ ਆ ਉੱਥੇ, ਉਹਨਾਂ ਨੂੰ ਪਰੇਸ਼ਾਨ ਕਰਦੇ ਆ, ਅੱਜ ਹੀ ਸਾਨੂੰ ਉਹਦਾ ਮੈਸੇਜ ਆਇਆ, ਅੱਜ ਹੀ ਮੈਂ ਬੂਟੇ ਹੁਣਾਂ ਨੂੰ ਬੁਲਾ ਕੇ ਅਤੇ ਉਹਨਾਂ ਨੂੰ ਕਹਿ ਦਿੱਤਾ, ਮੈਂ ਕਿਹਾ ਵੀ ਤੁਸੀਂ ਵੀ ਉਹਨਾਂ ਨੂੰ ਕਰੋ, ਨਾਲੇ ਅਸੀਂ ਕਿਹਾ ਮੈਂ ਉੱਦਣ ਦੀ ਕਹੀ ਜਾਂਦੀ ਹਾਂ, ਮੈਂ ਕਿਹਾ ਸਾਡੀ ਮਿਹਨਤ ਆ ਵੀ ਜਦੋਂ ਵੀ ਸਾਨੂੰ ਪਤਾ ਲੱਗ ਗਿਆ ਵੀ ਕਿੱਥੇ ਆ, ਮੈਂ ਤਾਂ ਐਵੇਂ ਕਹਿੰਦੀ ਸੀ ਵੀ ਹੋ ਸਕਦਾ ਤੁਹਾਡੇ ਕੋਲੇ ਹੋਵੇ, ਵੀ ਅੱਗੇ ਇਹਦੇ ਪਾਪਾ ਜੀ ਨਾਲ ਐਂ ਕੀਤੀ ਤੁਸੀਂ ਘਰੋਂ ਲਿਜਾ ਕੇ ਸਾਡੇ ਹੱਥਾਂ 'ਚੋਂ ਲਿਜਾ ਕੇ ਤੁਸੀਂ, ਅੱਜ ਤੱਕ ਸਾਨੂੰ 30 ਹੋ ਗਏ, ਅੱਜ ਤੱਕ ਸਾਨੂੰ ਉਹਦਾ ਕੋਈ ਭੇਤ ਨਹੀਂ ਦਿੱਤਾ ਉਹਨਾਂ ਨੇ, ਅਸੀਂ ਇਸ ਪਰੇਸ਼ਾਨੀ ਤੋਂ ਡਰਦਿਆਂ ਨੇ, ਅਸੀਂ ਫਿਰ ਬੁਲਾ ਕੇ ਸਟਾਫ ਬੁਲਾ ਕੇ ਫਿਰ ਉਹਨਾਂ ਦੇ ਸਾਹਮਣੇ ਫੜਾਇਆ ਵੀ ਕਿੱਦਾਂ ਦਾ ਮਾਹੌਲ ਸੀ ਘਰੇ। ਮਾਹੌਲ ਠੀਕ ਸੀ ਬਹੁਤ, ਆਪਣੇ ਸਾਰੇ ਭੈਣ ਭਾਈ ਸਭ ਇਕੱਠੇ ਸੀਗੇ, ਸਾਰੇ ਸੱਦੇ ਨਹੀਂ, ਆਰਾਮ ਨਾਲ ਲੈ ਕੇ ਗਏ, ਸਮਾਂ ਕੁਛ ਨਹੀਂ ਦੱਸ ਕੇ ਗਏ, ਊਂ ਸਾਨੂੰ ਕਹਿ ਕੇ ਗਏ ਆ ਵੀ ਜਦੋਂ ਤੁਸੀਂ ਮਿਲਣਾ ਵੀ ਤੁਸੀਂ ਮਿਲ ਸਕਦੇ ਆ, ਜਦੋਂ ਮਰਜ਼ੀ ਆ ਸਕਦੇ ਆ, ਬਾਕੀ ਉਹਦੀ ਦਵਾਈ ਚੱਲਦੀ ਆ ਕੁਲਵੰਤ ਸਿੰਘ ਦੀ ਦਵਾਈ ਚੱਲਦੀ ਆ, ਉਹ ਕਹਿੰਦੇ ਕੋਈ ਨਹੀਂ, ਕਹਿੰਦੇ ਵੀ ਅਸੀਂ ਦਵਾਈ ਦੇਵਾਂਗੇ ਜਾਂ ਤੁਸੀਂ ਜੇ ਤੋਂ ਵੀ ਲੋੜ ਹੋਵੇ,
ਤੇ ਉਹਨਾਂ ਨੂੰ ਦੌਰਾ ਪੈਂਦਾ ਮਿਰਗੀ ਦਾ ਤੇ ਵੀ ਜਦੋਂ ਵੀ ਤੁਹਾਨੂੰ ਲੋੜ ਹੋਵੇ ਵੀ ਤੁਸੀਂ ਦਵਾਈ ਦੇ ਸਕਦੇ ਮੈਂ ਨਹੀਂ ਲੈ ਕੇ ਗਏ ਆ ਮੈਂ ਨਹੀਂ ਠਾਣੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਅੱਜ ਜਿਹੜਾ ਕਰ ਸਾਨੂੰ ਇਹ ਦੱਸਣ ਵੀ ਕਿਹੜੀ ਜ਼ਰੂਰਤ ਦੇ ਦੇ ਅਸੀਂ ਕਹਿੰਨੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਅੱਗੇ ਇਹਦੇ ਪਾਪਾ ਜੀ ਦਾ ਨਹੀਂ ਮਿਲਿਆ ਸਾਨੂੰ ਇਹਦਾ ਇਨਸਾਫ ਮਿਲਣਾ ਚਾਹੀਦਾ ਵੀ ਇਹਦਾ ਗੁਨਾਹ ਕੀ ਆ ਇਹ ਸਿਰਫ ਸਿੱਖੀ ਵਾਲੇ ਪਾਸੇ ਹੋਇਆ ਕਰਕੇ ਤਾਂ ਗੁਨਾਹ ਜੇ ਨਸ਼ਿਆਂ ਨਾਲ ਡੱਕ ਕੇ ਡਿੱਗ ਪੈਣ ਕੋਈ ਉੱਥੇ ਡਿੱਗਿਆ ਕੋਈ ਉਹ ਡਿੱਗਿਆ ਫੇਰ ਇਹ ਖੁਸ਼ ਆ ਸਰਕਾਰ ਸਰਕਾਰ ਦਾ ਨਸ਼ਾ ਬੰਦ ਹੋਇਆ ਕਰਕੇ ਸਰਕਾਰ ਸਾਨੂੰ ਤੰਗ ਪਰੇਸ਼ਾਨ ਕਰਦੀ ਹੈ ਕੋਈ ਅੰਮ੍ਰਿਤਪਾਲ ਇਹਨਾਂ ਨੂੰ ਕੋਈ ਮਾੜੇ ਕੰਮ ਨਹੀਂ ਕਰਾਉਂਦਾ ਚੰਗੇ ਕੰਮ ਤੇ ਹੀ ਲਾਉਂਦਾ ਜ਼ਿੰਦਗੀਆਂ ਬਣਾਉਂਦਾ ਬੱਚਿਆਂ ਦੀਆਂ ਬਾਕੀ ਉਹ ਤੇ ਅਸੀਂ ਤੇ ਉਹ ਵੀ ਨਹੀਂ ਕਹਿੰਦੇ ਚੱਲ ਕਿਤੇ ਮਿਲਣ ਦੀ ਖਾਤਰ ਜਾ ਵੀ ਵੜਦੇ ਸੀਗੇ ਤੇ ਇਹਨਾਂ ਨੇ ਸਾਨੂੰ ਪਰੇਸ਼ਾਨ ਕੀਤਾ ਸਿਰਫ ਅੰਮ੍ਰਿਤਪਾਲ ਦੀ ਖਾਤਰ ਹੀ ਮਤਲਬ ਜਿਸ ਤਰ੍ਹਾਂ ਅੰਮ੍ਰਿਤਪਾਲ ਭਾਈ ਅੰਮ੍ਰਿਤਪਾਲ ਤੇ ਦੋਸ਼ ਲੱਗ ਰਹੇ ਕਿ ਹਥਿਆਰ ਵੀ ਉਹਦੇ ਕੋਲੋਂ ਮਿਲੇ ਆ ਹਨਾ ਤੇ ਕਾਫੀ ਸਾਰੇ ਗੰਭੀਰ ਦੋਸ਼ ਲਾਏ ਜਾ ਰਹੇ ਆ ਪੁਲਿਸ ਨੂੰ ਤੁਹਾਨੂੰ ਨਹੀਂ ਲੱਗਦਾ ਕਿ ਕੱਲ ਨੂੰ ਇਹਨਾਂ ਨੂੰ ਵੀ ਅਸੀਂ ਇਹੋ ਹੀ ਤੇ ਸਾਨੂੰ ਡਰ ਆ ਵੀ ਉਹਨਾਂ ਨੂੰ ਪਰੇਸ਼ਾਨ ਕਰੀ ਜਾਂਦੇ ਆ ਨਜਾਇਜ਼ ਹੀ ਤੇ ਸਾਨੂੰ ਵੀ ਕਰ ਸਕਦੇ ਸਾਨੂੰ ਇਹੋ ਹੀ ਡਰ ਆ ਇਹੋ ਹੀ ਖਤਰਾ ਸਾਨੂੰ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵੀ ਸਾਡੇ ਬੱਚੇ ਦਾ ਕਸੂਰ ਕੀ ਆ ਦੱਸੋ ਸਾਨੂੰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬੀਰਪਾਲ ਕੌਰ ਹੈ ਜੀ ਮੈਂ ਕੁਲਵੰਤ ਸਿੰਘ ਦੀ ਵਾਈਫ ਹਾਂ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਕੁਲਵੰਤ ਨੂੰ ਕਿਹੜੇ ਜੁਰਮ ਦੇ ਵਿੱਚ ਉਹ ਲੈ ਕੇ ਗਏ ਆ ਜੀ ਇਹਨਾਂ ਦਾ ਗੁਨਾਹ ਦੱਸੋ ਦਿਨ ਸਾਨੂੰ ਕੀ ਆ ਵੀ ਇਸ ਕਰਕੇ ਵੀ ਲੋਕਾਂ ਦੇ ਮੁੰਡਿਆਂ ਦੇ ਨਸ਼ੇ ਛਡਾ ਰਿਹਾ ਉਹ ਅੰਮ੍ਰਿਤਪਾਲ ਦਾ ਉਹ ਸਾਥ ਦੇ ਰਹੇ ਸੀਗੇ ਤੇ ਉਹਨਾਂ ਦੇ ਅਸੀਂ ਤਾਂ ਖੁਦ ਜਾ ਕੇ ਦੇਖ ਕੇ ਆਏ ਜਿਨ੍ਹਾਂ ਦੇ ਨਸ਼ੇ ਛਡਾਏ ਹੋਏ ਆ ਉਹਨਾਂ ਦੀਆਂ ਮਾਵਾਂ ਵੀ ਉਹਨਾਂ ਦੇ ਪੈਰੀਂ ਹੱਥ ਜਾ ਕੇ ਲਾਉਂਦੀਆਂ ਵੀ ਸਾਡੇ ਬੱਚਿਆਂ ਦੀਆਂ ਜਿੰਦਗੀਆਂ ਤੁਸੀਂ ਬਚਾ ਰਹੇ ਆ ਉਹ ਕਹਿੰਦੇ ਨਹੀਂ ਸਾਡੇ ਮੁੰਡਿਆਂ ਨੇ ਨਸ਼ਿਆਂ ਦੇ ਵਿੱਚ ਹੀ ਮਰਨਾ ਸੀਗਾ ਤੇ ਇੱਕ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਬਿਮਾਰ ਰਹਿੰਦੇ ਆ ਜੀ ਉਹਨਾਂ ਦੀ ਦਵਾਈ ਚੱਲਦੀ ਆ ਤੇ ਸਾਨੂੰ ਉਹਨਾਂ ਤੋਂ ਵੀ ਇਹ ਖਤਰਾ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜ਼ਿੰਮੇਵਾਰ ਆ ਜੀ ਸੋ ਪਿੰਡ ਵਾਸੀ ਆ ਸਾਡੇ ਨਾਲ ਗੱਲਬਾਤ ਕਰਦੇ ਆ ਕਿਉਂਕਿ ਭਾਈ ਚੜ੍ਹਤ ਸਿੰਘ ਜਿਨ੍ਹਾਂ ਨੂੰ ਭਾਵੇਂ ਸ਼ਹੀਦ ਕਿਹਾ ਜਾਂਦਾ ਪਰ ਅਜੇ ਤੱਕ ਕਹਿੰਦੇ ਪਰਿਵਾਰ ਨੂੰ ਪਤਾ ਨਹੀਂ ਸੀ ਲੱਗਿਆ ਕਿ ਕੌਣ ਲੈ ਗਿਆ ਸੀ ਅਤੇ ਕਿਵੇਂ ਉਹਨਾਂ ਨੂੰ ਸ਼ਹੀਦ ਕੀਤਾ ਜਾਂ ਕੀ ਗੱਲਬਾਤ ਹੋਈ ਉਹਨਾਂ ਦੀ ਜਿਹੜੀ ਬਰਸੀ ਆ 25 ਤਰੀਕ ਨੂੰ ਮਨਾਈ ਜਾਂਦੀ ਉਹਦੇ ਉੱਤੇ ਵੀ ਕਹਿੰਦੇ ਰੋਕ ਲਾਈ ਜਾ ਰਹੀ ਕਿ ਬਰਸੀ ਤੁਸੀਂ ਮਨਾਉਣੀ ਨਹੀਂ ਕੱਟ ਨਹੀਂ ਕਰਨਾ ਗੱਲਬਾਤ ਕਰਦੇ ਕੀ ਨਾਂ ਬਾਈ ਜੀ ਆਪਣਾ ਮੇਰਾ ਨਾਮ ਪ੍ਰਧਾਨ ਮਲਕੀਤ ਸਿੰਘ ਹੈ ਜੀ ਮਲਕੀਤ ਸਿੰਘ ਜੀ ਅੱਜ ਜਿਹੜਾ ਪੁਲਿਸ ਆਈ ਸੀ ਕੀ ਕਿਹਾ ਕਿਹਨੂੰ ਕਿਹਨੂੰ ਇੱਥੋਂ ਲੈ ਕੇ ਗਏ ਉਹਦੇ ਬਾਰੇ ਦੱਸੋ ਪਹਿਲਾਂ ਪੁਲਿਸ ਅੱਜ ਮਤਲਬ ਦੋ ਤਿੰਨਾਂ ਦਿਨਾਂ ਤੋਂ ਮਤਲਬ ਇਹ ਜਿਹੜਾ ਪਿੰਡ ਪੰਜਾਬ ਦੇ ਵਿੱਚ ਚੱਲਿਆ ਵਾ ਉਸ ਕਰਕੇ ਗੁਰਦੁਆਰਾ ਸਾਹਿਬ ਪੁਲਿਸ ਆਈ ਸੀ ਅਤੇ ਅਸੀਂ ਵੀ ਮਤਲਬ ਉਸ ਦੇ ਕਮੇਟੀ ਮੈਂਬਰ ਹਾਂ ਅਤੇ ਕੁਲਵੰਤ ਸਿੰਘ ਪ੍ਰਧਾਨ ਹੈ ਗੁਰਦੁਆਰਾ ਸਾਹਿਬ ਦਾ ਅਤੇ ਉੱਥੋਂ ਬਾਅਦ ਜਾਂਦੀ 18 ਤਰੀਕ ਤੋਂ ਪੁਲਿਸ ਦੀ ਮਤਲਬ ਪੈਰਵਾਈ ਸੀਗੀ ਅਤੇ ਕੱਲ੍ਹ ਡਿਪਟੀ ਸਾਹਿਬ ਸਾਨੂੰ ਵੀ ਮਤਲਬ ਇੱਥੇ ਆਏ ਸੀ ਗੁਰਦੁਆਰਾ ਸਾਹਿਬ ਅਤੇ ਵੀ ਤੁਸੀਂ ਮਤਲਬ ਉਸ ਨੂੰ ਪੇਸ਼ ਕਰਾਓ ਅਤੇ ਅਸੀਂ ਮਤਲਬ ਪੇਸ਼ ਦੀ ਕਿਹਾ ਵੀ ਜ਼ਰੂਰ ਮਤਲਬ ਜਿੰਨੀ ਕੋਸ਼ਟ ਹੋ ਸਕਦੀ ਅਸੀਂ ਮਤਲਬ ਉਹਨੂੰ ਕਰਾਂਗੇ ਅਤੇ ਇਸ ਕਰਕੇ ਦੱਸਿਆ ਕਿਹੜੇ ਜੁਰਮ 'ਚ ਪੇਸ਼ ਕਰਾਉਣਾ ਜੁਰਮ ਕੁਛ ਨਹੀਂ ਦੱਸਿਆ ਪੁਲਿਸ ਨੇ ਜੁਰਮ ਤਾਂ ਇਹੀ ਬਸ ਦੱਸਿਆ ਵੀ ਮਤਲਬ ਇਹਦੇ 'ਚ ਭਾਈ ਇਹ ਅੰਮ੍ਰਿਤਪਾਲ ਦੇ ਨਾਲ ਜਾਂਦੇ ਸੀ ਆਹ ਸੀ ਜੋ ਸੀ ਹਜੇ ਇਹ ਵੀ ਕੋਈ ਮਤਲਬ ਗੱਲ ਨਹੀਂ ਕੀਤੀ ਬਸ ਇੱਕ ਇੰਨਾ ਹੀ ਹੈ ਵੀ ਸਾਰਾ ਬਈ ਕੁਲਵੰਤ ਸਿੰਘ ਚਾਹੀਦਾ ਸਾਨੂੰ ਜੇ ਦੇਖਿਆ ਜਾਵੇ ਜਿਹੜੀਆਂ ਕਈ ਘਟਨਾਵਾਂ ਵਾਪਰੀਆਂ ਜਿਵੇਂ ਅਜਨਾਲਾ ਸੀ ਜਾਂ ਹੋਰ ਉੱਥੇ ਸੀਗਾ ਕੁਲਵੰਤ ਉਸ ਦਿਨ ਕਿ ਨਹੀਂ ਇਹਦੇ ਬਾਰੇ ਨਿਸ਼ਾਨਾ ਮੈਨੂੰ ਮਤਲਬ ਜਾਂਦੀ ਕਰੀਬ ਮਤਲਬ ਜਾਂਦੀ 20 ਕੁ ਦਿਨ ਹੋਏ ਆ 25 ਦਿਨ ਅਤੇ ਮਤਲਬ ਮੈਂ ਆਸਟ੍ਰੇਲੀਆ ਦੇ ਵਿੱਚੋਂ ਆਇਆ ਅਤੇ ਕੁਲਵੰਤ ਸਿੰਘ ਦਾ ਕੋਈ ਰੋਲ ਉੱਥੇ ਸੁਣਿਆ ਨਹੀਂ ਬਈ ਨਾ ਕੋਈ ਫੋਟੋ ਨਾ ਕੋਈ ਮਤਲਬ ਵੇਖਿਆ ਜਾਂ ਮਤਲਬ ਇਹ ਜੀ ਕੋਈ ਰੋਲ ਅਸੀਂ ਵੇਖਿਆ ਨਹੀਂ ਗਾ ਅਤੇ ਚਲੋ ਐਂ ਹੁੰਦਾ ਵੀ ਜਦੋਂ ਕੋਈ ਵੀ ਆ ਇਕੱਠ ਦੇ ਵਿੱਚ ਸਾਰੇ ਮਤਲਬ ਜਾਂਦੀ ਇਹ ਕੁਲਵੰਤ ਸਿੰਘ ਉਹਦੇ ਮੈਨੂੰ ਸ਼ੱਕਾ ਹੋ ਸਕਦਾ ਵੀ ਨਾ ਵੀ ਹੋਵੇ ਅਸੀਂ ਇਹਦੇ ਬਾਰੇ ਮਤਲਬ ਜਾਂਦੀ ਵੇਖਿਆ ਨਹੀਂ ਕੋਈ ਕਲੀਅਰ ਨਹੀਂ ਤੁਹਾਨੂੰ ਵੀ ਸੀ ਜਾਂ ਨਹੀਂ ਸੀ ਹੋ ਵੀ ਸਕਦਾ ਹਾਂ ਮੇਰੇ ਖਿਆਲ 'ਚ ਤਾਂ ਮੈਂ ਨਹੀਂ ਅਸੀਂ ਮਤਲਬ ਜਦੋਂ ਵੇਖਿਆ ਹੀ ਨਹੀਂ ਅਤੇ ਅਸੀਂ ਕਿਵੇਂ ਕਹਿ ਦਈਏ ਵੀ ਸੀਗਾ ਉੱਥੇ ਗਲਤ ਹੀ ਹੈ ਨਾ ਹਾਂ ਅਤੇ ਇਸ ਕਰਕੇ ਮਤਲਬ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਇਹੀ ਕਰਦੇ ਹਾਂ ਵੀ ਇਸ ਪਰਿਵਾਰ ਦੇ ਨਾਲ ਜਥੇਦਾਰ ਚੜ੍ਹਤ ਸਿੰਘ 93 ਦੇ ਵਿੱਚ ਇਸੇ ਤਰ੍ਹਾਂ ਹੀ ਚਾਂਸ ਦੇ ਨਾਲ ਪੁਲਿਸ ਇੱਥੋਂ ਘਰੋਂ ਚੱਕ ਕੇ ਲੈ ਗਈ ਸੀ ਅਤੇ ਉਦੋਂ ਬਾਅਦ ਮਤਲਬ ਆਣ ਪਛਾਤੇ ਬੰਦੇ ਕਹਿ ਕੇ
उदू बाद 93 तो बाद चढ़त सिंह का पता नहीं लग्या, अज तक नहीं पता नहीं अज तक कोई पता नहीं लग्या। बसेरा मगर पैरवाइयां कीतियां ते बहुत मदद की थी, कोई मन पता नहीं लगे। कुलवंत सिंह बहुत छोटे ही हुए, कुलवंत सिंह मतलब उदो 8-10 साल का ही, 8-7 साल का ही, छोटी उम्र ही सी। अज जिहड़ियां कहिंदे बरसी दीआं तैयारियां करदे, बरसी मनाई जांदी सी, बरसी दा मतलब बरसी दा प्रोग्राम इह हर साल चढ़त सिंह दी बरसी मनाउंदे आ, ते अगे मतलब इह घरे ही इत्थे मतलब मनाउंदे सी अपने आप पिछले पासे हाल दे विच, ते एरकी इन्हां ने प्रोग्राम बनाया सी वी मतलब आपां गुरद्वारा साहिब मना लांगे, ते पर प्रशासन ने मतलब इह कहा वी मतलब इहदे विच परिवार नूं वी नहीं तुसीं मनाउणी बरसी, हाँ ये करके मतलब जी परिवार की भी रोस है भी सानू जी। एक तो कुलवंत सिंह अज पिंड के सामने असी सारे मतलब नगर निवासी सी, जुम्मेदार सज्जन सी, सरपंच सी, सारे दे सामने इनू कुलवंत सिंह पेश कराया, सामने अपने एस पी साहब तो डी एस पी साहब सारे सीगे उन्होंने सामने मतलब पेश अज मत गल कोई नहीं तो दसी उन्होंने नहीं कुछ नहीं दसिया सानू कोई गल नहीं दसिया उन्होंने आख्या भी सानू चाहिए बस बच्चा ही था हाँ इन्नी गल करके तो मतलब ठीक है कोई मतलब ये बिजली बोर्ड के करीब इन मतलब 10-12-15 साल हो गए नौकरी करते नौकरी भी करता हाँ मुलाजम है कोई गल यह जी तो पिंड हो ही नहीं सी कोई अपराध हो कोई मैं पिंड सारा पिंड तो पुछ सकते हैं ये बच्चा बच्ची इन्हों की सहायता परिवार की भरूगा लड़ाई झगड़ा किया परिवार इलाके वड्डा रोस है कि भाई चढ़त सिंह जिहड़े पिंड दे सरपंच सी उन्हां नूं इत्थे घरों लेके जांदी पुलिस ते बाद दे विच अणपसाते कहिंदे लै गए। कुछ दिन पहला पोस्ट भी एक फेसबुक ते पैंदी जिहदे विच नां लिखिया जांदा भी कौन कौन लेके गए सी किहड़े किहड़े पुलिस अधिकारी सी, ते अज जदों परिवार उन्हां दी बरसियां दी तैयारी क्योंकि 25 तरीक नूं बरसी मनाउणी सी ते बरसी मनाउण तों भी रोक दित्ता गया कि तुसीं जथेदार चढ़त सिंह राऊ के कला जिन्हां दा वड्डा नां सी सो उन्हां दी तुसीं बरसी नहीं मनाउणी। सो अगे भी तुहानूं अपडेट दिंदे रहांगे क्योंकि सहम दा माहौल है ते लोग गल्लां कर रहे ने कि आखिर की जुर्म है दस्या भी नहीं जा रहा ते क्यों लैके गए ने, यह आम चर्चावां छिड़ियां होईयां। अपडेट दिंदे रहांगे, बने रहो। कैमरा परसन रमेश धालीवाल दे नाल मैं चमकौर लोपो मोगा पिंड राऊ के कला। निडर हां, निरपक्ष रहांगे, आजाद हां, सच कहांगे, गल करांगे सियासी हवा दी, होणगे हुकमराना नूं सिद्धे सवाल, सब तो पहला पहुंचावांगे तुहाडे तक सिर्फ सच्ची खबर, दसांगे कौन कर रहा है थोड़े ते सबर, विदेशां च बैठे पंजाबियां दे हक दी करांगे गल, कैनेडा दी हर सियासी खबर लेके आवांगे तुहाडे वल, उभरांगे पंजाब दी आवाज बन के, होणगे हर पहलू ते रोज चर्चे, खोलांगे अंदरूनी राज, बणांगे बुलंद आवाज, खेड सिक्ख्या सेहत खेती दी बात पावांगे, हर पिंड हर शहर जावांगे, मनोरंजन नाल जुड़े कलाकारां नाल करवावांगे मुलाकात, संघर्षां वाली जिंदगी ते मारांगे चाल, की ने साडे कानून फर्ज ते अधिकार, की करदी है साडी सरकार, की है तुहाडी मुश्किल दा हल, D5 चैनल पंजाबी दी कचहरी च होवेगी सिर्फ लोकां दी गल, धर्म धरोहर सेहत और संस्कृति की होगी बात, अब D5 चैनल हिंदी भी होगा सर, D5 चैनल पंजाबी, अपनी धरती अपने लोग। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ।